ਸਸਵੇਕਾਲ ਦੋਸਤੋ ਕਲਿਕਸਾਰਟੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ ਪੀਸੀਐਸ 2015 ਵਿੱਚ ਆਏ ਇੰਡੀਅਨ ਇਕਨੋਮਿਕਸ ਦੇ ਕੁਐਸਚਨਸ ਬਾਰੇ ਤਾਂ ਸਟਾਰਟ ਕਰਦੇ ਹਾਂ ਜੇ ਇਸ ਲੈਕਚਰ ਦੀ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰam ਤੇ ਦੱਸ ਸਕਦੇ ਹੋ ਤਾਂ 2015 ਦੇ ਜੇ ਆਪਾਂ ਕੁਐਸਚਨ ਪੇਪਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਡਿਵੀਜ਼ਨਸ ਰਹੀ ਸੀ ਕੁਐਸਚਨਸ ਦੀ ਤੇ ਸਿਰਫ 3% ਪੇਪਰ ਹੀ ਇਕਨੋਮਿਕਸ ਵਿੱਚੋਂ ਆਇਆ ਸੀ ਤੇ ਜੇ ਆਪਾਂ ਇਅਰ ਵਾਈਜ਼ ਦੇਖੀਏ ਤਾਂ 2013 ਦੇ ਵਿੱਚ 13 ਕੁਐਸਚਨਸ ਆਇਆ ਸੀ ਇਕਨੋਮੀ ਵਿੱਚੋਂ 2015 ਦੇ ਵਿੱਚ ਸਿਰਫ 3 ਹੀ ਕੁਐਸਚਨਸ ਆਇਆ ਸੀ ਤੇ 2018 ਦੇ ਵਿੱਚ 6 ਕੁਐਸਚਨਸ ਆਇਆ ਸੀ ਇਕਨੋਮਿਕਸ ਵਿੱਚੋਂ ਤਾਂ ਕਾਫੀ ਵੇਰੀਏਬਲ ਰਹਿੰਦਾ ਹੈ ਇਕਨੋਮਿਕਸ ਦਾ ਸੈਕਸ਼ਨ ਤਾਂ ਹੁਣ ਗੱਲ ਕਰਦੇ ਆਂ ਪਹਿਲੇ ਕੁਐਸਚਨ ਦੀ ਕੁਐਸਚਨ ਹੈ ਕਿ ਡੈਪਟ ਟ੍ਰੈਪ ਮੀਨਸ ਕਿ ਜਿਹੜਾ ਟ੍ਰੈਪ ਹੁੰਦਾ ਇਹ ਹੁੰਦਾ ਇੱਕ ਸਾਫ ਦਾ ਜਾਲ ਡੈਟ ਹੁੰਦਾ ਕਰਜ਼ਾ ਤਾਂ ਕਰਜ਼ੇ ਦੇ ਜਾਲ ਤੋਂ ਕੀ ਮਤਲਬ ਹੈ ਤਾਂ ਇਸ ਦਾ ਇੱਕ ਬੇਸਿਕ ਜਿਹਾ ਮਤਲਬ ਹੈ ਕਿ ਜਦੋਂ ਤੁਹਾਨੂੰ ਆਪਣਾ ਕਰਜ਼ਾ ਚੁਕਾਉਣ ਲਈ ਤੁਹਾਨੂੰ ਪੁਰਾਣਾ ਕਰਜ਼ਾ ਚੁਕਾਉਣ ਲਈ ਨਵਾਂ ਕਰਜ਼ਾ ਲੈਣਾ ਪੈ ਜਾਵੇ ਤਾਂ ਉਹਨਾਂ ਆਪਾਂ ਕਹਾਂਗੇ ਕਿ ਇੱਕ ਪਰਸਨ ਕਰਜ਼ੇ ਦੇ ਜਾਲ ਵਿੱਚ ਫਸ ਗਿਆ ਤਾਂ ਇਸ ਦਾ ਅਨਸਰ ਹੈ ਏ ਮੋਰ ਏਡ ਇਜ਼ ਨੀਡੇਡ ਟੂ ਮੀਟ ਦੀ ਡੈਟ ਸਰਵਿਸਿੰਗ ਰਿਕੁਆਇਰਮੈਂਟਸ ਕਿ ਆਪਣੇ ਪੁਰਾਣੇ ਡੈਟ ਨੂੰ ਆਪਣੇ ਪੁਰਾਣੇ ਕਰਜ਼ੇ ਚੁਕਾਉਣ ਵਾਸਤੇ ਪਰਸਨ ਨੂੰ ਹੋਰ ਜ਼ਿਆਦਾ ਏਡ ਦੀ ਲੋੜ ਹੈ ਹੋਰ ਨਵੇਂ ਕਰਜ਼ੇ ਦੀ ਜ਼ਰੂਰਤ ਹੈ ਤਾਂ ਗੱਲ ਕਰਦੇ ਹਾਂ ਡੈਟ ਟ੍ਰੈਪ ਦੀ ਡੈਟ ਟ੍ਰੈਪ ਇਜ਼ ਅ ਸਿਚੁਏਸ਼ਨ ਇਨ ਵਿੱਚ ਅ ਬਾਰਰ ਇਜ਼ ਲੈਡ ਇੰਟੂ ਅ ਸਾਈਕਲ ਆਫ ਰੀ ਬਾਰਰਿੰਗ ਤਾਂ ਡੈਟ ਟ੍ਰੈਪ ਕੀ ਹੁੰਦਾ ਹੈ ਜਦੋਂ ਇੱਕ ਬਾਰਰ ਇੱਕ ਸਾਈਕਲ ਦੇ ਵਿੱਚ ਫਸ ਜਾਂਦਾ ਹੈ ਜਦੋਂ ਉਹਨੂੰ ਬਾਰ-ਬਾਰ ਬਾਰਰਿੰਗ ਕਰਨੀ ਪੈਂਦੀ ਹੈ देयर ਲੋਨ ਪੇਮੈਂਟਸ ਬਿਕਾਜ਼ ਦੇ ਆਰ ਅਨੇਬਲਡ ਟੂ ਅਫੋਰਡ ਥੀ ਸ਼ਡਿਊਲਡ ਪੇਮੈਂਟਸ ਔਨ ਅ ਪ੍ਰਿੰਸੀਪਲ ਆਫ ਅ ਲੋਨ ਤੁਹਾਨੂੰ ਬਾਰ ਬਾਰ ਕਿਉਂਕਿ ਉਹ ਆਪਣਾ ਲੋਨ ਲੋਨ ਦੀ ਪੇਮੈਂਟਸ ਅਫੋਰਡ ਨਹੀਂ ਕਰ ਸਕਦਾ ਤੁਹਾਨੂੰ ਹੋਰ ਲੋਨ ਲੈਣ ਦੀ ਲੋੜ ਪੈਂਦੀ ਹੈ ਇਸ ਨੂੰ ਸਿਚੁਏਸ਼ਨ ਨੂੰ ਕਹਿੰਦੇ ਆ ਡੈਟ ਟ੍ਰੈਪ ਤੇ ਜਨਰਲੀ ਕਦੋਂ ਹੁੰਦਾ ਜਦੋਂ ਇੰਟਰਸਟ ਰੇਟ ਬਹੁਤ ਹਾਈ ਹੋਵੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਇੱਕ ਟਰਮ ਬਹੁਤ ਇੰਪੋਰਟੈਂਟ ਹੈ ਦੈਟ ਇਜ਼ ਡੈਟ ਟ੍ਰੈਪ ਡਿਪਲੋਮੇਸੀ ਤੇ ਜਦੋਂ ਇਹੀ ਚੀਜ਼ ਡੈਟ ਟ੍ਰੈਪ ਕਰਜ਼ੇ ਦੇ ਜਾਲ ਵਿੱਚ ਫਸਾਉਣ ਵਾਲੀ ਗੱਲਾਂ ਕਈ ਕੰਟਰੀਜ਼ ਕਰਦੇ ਨੇ ਤਾਂ ਉਦੋਂ ਕਿਹਾ ਜਾਂਦਾ ਹੈ ਦੇ ਆਰ ਪਰਫਾਰਮਿੰਗ ਡੈਟ Trap ਡਿਪਲੋਮੇਸੀ ਡਿਪਲੋਮੇਸੀ ਦੋ ਦੇਸ਼ਾਂ ਦੇ ਵਿੱਚ ਦੇ ਬਾਈਲੈਟਰਲ ਰਿਲੇਸ਼ਨਸ ਨੂੰ ਡਿਫਾਈਨ ਕਰਦੀ ਹੈ ਦੋ ਦੇਸ਼ਾਂ ਦੇ ਵਿਚਾਲੇ ਰਿਲੇਸ਼ਨਸ ਨੂੰ ਡਿਫਾਈਨ ਕਰਦੀ ਹੈ ਇਜ਼ ਆ ਟਾਈਪ ਆਫ ਡਿਪਲੋਮੇਸੀ ਬੇਸਡ ਔਨ ਡੈਟ ਕੈਰੀਡ ਆਊਟ ਇਨ ਦੀ ਬਾਈਲੈਟਰਲ ਰਿਲੇਸ਼ਨਸ ਬੀਟਵੀਨ ਦੀ ਕੰਟਰੀ ਸਪੋਜ਼ ਕਰੋ ਕਿਸੇ ਕੰਟਰੀ ਨੇ ਦੂਜੇ ਕੰਟਰੀ ਨੂੰ ਲੋਨ ਦੇ ਦਿੱਤਾ ਕਿਸੇ ਵੱਡੇ ਕੰਟਰੀ ਨੂੰ ਕਿਸੇ ਛੋਟੇ ਕੰਟਰੀ ਨੂੰ ਲੋਨ ਦੇ ਦਿੱਤਾ ਤਾਂ ਹੁਣ ਉਹ ਛੋਟੇ ਕੰਟਰੀ ਕੋਲ ਐਨੇ ਪੈਸੇ ਨਹੀਂ ਕਿ ਉਹ ਇਨਸਟਾਲਮੈਂਟਸ ਭਰ ਸਕੇ ਬਾਰ-ਬਾਰ ਤਾਂ ਕੀ ਹੁੰਦਾ ਜਿਹੜਾ ਇਹ ਕੰਟਰੀ ਨੰਬਰ 1 ਹੈ ਉਹਨੂੰ ਕੁਝ ਬੈਨੀਫਿਟਸ ਹੋ ਜਾਣਗੇ ਕਿ ਉਹ ਬਹੁਤ سارے ਐਡਵਾਂਟੇਜਸ ਲੈ ਸਕਦਾ ਹੈ ਬਹੁਤ ਸਾਰੇ ਇਕਨੋਮਿਕ ਤੇ ਪੋਲੀਟੀਕਲ ਐਡਵਾਂਟੇਜਸ ਲੈ ਸਕਦਾ ਹੈ ਤਾਂ ਉਹਨੂੰ ਹੀ ਕਿਹਾ ਜਾਂਦਾ ਡੈਟ Trap ਡਿਪਲਮੇਸੀ ਇਟ ਇਨਵੋਲਸ ਵਨ ਕ੍ਰੈਡੀਟਰ ਕੰਟਰੀ ਇੱਕ ਕੰਟਰੀ ਜਿਹੜਾ ਪੈਸੇ ਦੇ ਰਿਹਾ ਹੈ इंटेंशनली एक्सटेंडिंग एक्सैसिव क्रैडिट जान बुझके ज्यादा क्रैडिट दे रहा है ज़्यादा लोन दे रहा है टू एनदर डेटर कंट्री टू यह कंट्री जिन की लड़ है जिन्हें पहले ही भी लोन ले हुए हैं विद द इैश अटेंटेंशन ऑफ एक्सट्रैक्टिंग इकनॉमिक और पोलिटल कॉन्सैशन ता कि इकनॉमिक पोलीटिकल कॉन्सैशन ले सके ਇਸ ਨੂੰ ਕਹਿੰਦੇ ਡੈਟ ਟ੍ਰੈਪ ਡਿਪਲੋਮੇਸੀ ਫ্রম ði ਡੈਟਟਰ ਕੰਟਰੀ ਵੈਨ ਇਟ ਬਿਕਮਸ ਅਨੇਬਲ ਟੂ ਓਨਰ ਇਟਸ ਡੈਟ ਆਬਲੀਗੇਸ਼ਨਸ ਜਦੋਂ ਜਿਹੜਾ ਛੋਟਾ ਕੰਟਰੀ ਹੈ ਆਪਣੇ ਉਹ ਡੈਟ ਦੀ ਆਬਲੀਗੇਸ਼ਨਸ ਨੂੰ ਨਾ ਪੂਰਾ ਕਰ ਸਕੇ ਜਨਰਲੀ ਇਹ ਚਾਈਨਾ ਦੇ ਕੇਸ ਦੇ ਵਿੱਚ ਦੇਖਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟਸ ਇਨ ਕੈਨ ਇਨਕਲੂਡ ਇਹ ਕੁਐਸਚਨ 2013 ਦੇ ਵਿੱਚ ਵੀ ਸੀ ਆਪਾਂ ਉਹਦਾ ਵੀ ਡਿਸਕਸ ਕਰਿਆ ਸੀ ਤੇ 2015 ਦੇ ਵਿੱਚ ਵੀ ਸੇਮ ਹੀ ਕੁਐਸਚਨ ਹੈ ਕਿ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਂਦੀਆਂ ਨੇ ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰਿਆ ਸੀ ਜਦੋਂ ਕਿਸੇ ਪੈਸਿਆਂ ਦੇ ਫਲੋ ਨਾਲ ਕਿਸੇ ਵੀ ਕੰਟਰੀ ਦੀਆਂ ਲਾਂਧਾਰੀਆਂ ਤੇ ਦੇਣਦਾਰੀਆਂ ਨੇਸ਼ਨਸ ਐਸੈਟਸ ਤੇ ਲਾਇਬਿਲਿਟੀਆਂ ਚੇਂਜ ਹੋਣ ਤਾਂ ਆਪਾਂ ਕਹਿੰਦੇ ਆ ਉਹ ਕੈਪੀਟਲ ਅਕਾਊਂਟ ਹੈ ਆਫ ਬੈਲੈਂਸ ਆਫ ਪੇਮੈਂਟ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਜਾਂ ਤਾਂ ਆਪਾਂ ਕਿਸੇ ਦੇਸ਼ ਤੋਂ ਬੋਰਿੰਗ ਕਰੀਏ ਜਿਸ ਨਾਲ ਆਪਣੀ ਦੇਣਦਾਰੀ ਵਾਜੂਗੀ ਜਾਂ ਫਿਰ ਇਨਵੈਸਟਮੈਂਟ ਕਰੀਏ ਜਿਸ ਨਾਲ ਆਪਣੀ ਉਸ ਕਿਸੇ ਕੰਟਰੀ ਤੋਂ ਲਾਂਨਦਾਰੀ ਵਾਜੂਗੀ ਤਾਂ ਇਹ ਦੋ ਤਰੀਕੇ ਨਾਲ ਕੈਪੀਟਲ ਅਕਾਊਂਟ ਬੰਦ ਹੈ ਤਾਂ ਇਹਨਾਂ ਵਿੱਚੋਂ ਆਪਾਂ ਦੇਖਦੇ ਹਾਂ ਲੋਨ ਜੇ ਆਪਾਂ ਕਿਸੇ ਤੋਂ ਵੀ ਲੋਨਸ ਲਈਏ ਤਾਂ ਦੇਨਦਾਰੀ ਲਾਂਨਦਾਰੀ ਦੇ ਉੱਤੇ ਫਰਕ ਪੈਂਦਾ ਹੈ ਤਾਂ ਬਿਲਕੁਲ ਇਹ ਪਾਰਟ ਹੈ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟਸ ਦਾ ਦੈਨ ਬੈਂਕਿੰਗ ਕੈਪੀਟਲ ਤਾਂ ਬਿਲਕੁਲ ਸਹੀ ਹੈ ਜੇ ਆਪਣੇ ਕਿਸੇ ਤੋਂ ਲੋਨ ਬੈਂਕਿੰਗ ਦੀ ਕੈਪੀਟਲ ਲਵਾਂਗੇ ਬੈਂਕ ਕੈਪੀਟਲ ਯੂਜ਼ ਕਰਾਂ ਕਿਸੇ ਦੇਸ਼ ਦੀ ਤਾਂ ਉਹ ਵੀ देनदारी देनदारी नु चेंज ਕਰਦੀ ਹੈ ਐਸੈਟਸ ਤੇ ਲਾਇਬਿਲਟੀਜ਼ ਨੂੰ ਚੇਂਜ ਕਰਦੀ ਹੈ देन ਫੋਰਨ ਇਨਵੈਸਟਮੈਂਟ ਜੇ ਬਾਹਰਲੇ ਦੇਸ਼ਾਂ ਕੋਈ ਇਨਵੈਸਟਮੈਂਟ ਇੰਡੀਆ ਚਾਵੇ ਤਾਂ ਕਦੇ ਨਾ ਕਦੇ ਆਪਨ ਪੇ ਕਰਨੀ ਪੋਗੀ ਵਾਪਿਸ ਤਾਂ ਇੱਕ ਹਿਸਾਬ ਦਿਓ ਆਪਣੀ ਦੇਣਦਾਰੀ ਹੋ ਜਾਂਦੀ ਹੈ ਤੇ ਇਹਦਾ ਮਤਲਬ ਆਨਸਰ ਹੋਊਗਾ ਡੀ ਆਲ ਆਫ ਦੀ ਇਵਰਬ ਇਹ ਸਾਰੀਆਂ ਹੀ ਆਪਸ਼ਨਸ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ ਨੂੰ ਬਣਾਉਂਦੀਆਂ ਨੇ ਉਹ ਨੈਕਸਟ ਕੁਐਸਚਨ ਹੈ ਵਿਚ ਵਨਸ ਆਫ ਦੀ ਫੋਲੋਇੰਗ ਆਰ ਕੁਆਂਟੀਟੇਟਿਵ ਇਨਫਲੇਸ਼ਨ ਕੰਟਰੋਲ ਮੈਥਡਸ ਕਿ ਇਹਨਾਂ ਵਿੱਚੋਂ ਕਿਹੜੇ ਕਿਹੜੇ ਮੈਥਡਸ ਨੇ ਉਹ ਕੁਆਂਟੀਟੇਟਿਵ ਦੋ ਤਰੀਕੇ ਦੇ ਮੈਥਡ ਹੁੰਦੇ ਨੇ ਵਨ ਇਜ਼ ਕੁਆਂਟੀਟੇਟਿਵ ਤਾਂ ਜਿਹੜੇ ਕੁਆਂਟੀਟੇਟਿਵ ਹੁੰਦੇ ਨੇ ਜਿਨ੍ਹਾਂ ਦੇ ਨਾਲ ਗਿਣਤੀ ਉੱਤੇ ਕੋਈ ਫਰਕ ਪੈਂਦਾ ਜਿਨ੍ਹਾਂ ਕੋਈ ਗਿਣਤੀ ਵਾਧੀ ਘਟਦੀ ਹੈ ਕੋਈ ਵੈਲਿਊ ਹੈ ਉਹਦੀ ਵੈਲਿਊ ਘਟਦੀ ਜਾਂ ਵਾਧੀ ਹੈ ਤੇ ਦੂਜੇ ਹੁੰਦੇ ਕੁਆਲੀਟੇਟਿਵ ਕਿਸ ਕਿਸੇ ਚੀਜ਼ ਦੀ ਕੁਆਲਿਟੀ ਨੂੰ ਚੇਂਜ ਕਰਨਾ ਤਾਂ ਇਹਨੇ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜੇ ਕੁਆਂਟੀਟੇਟਿਵ ਮੈਥਡ ਨੇ 인ਫਲੇਸ਼ਨ ਕੰਟਰੋਲ ਕਰਨ ਲਈ ਮਹਿੰਗਾਈ ਨੂੰ ਕੰਟਰੋਲ ਕਰਨੀ ਹੁਣ ਮਹਿੰਗਾਈ ਕਿਵੇਂ ਕੰਟਰੋਲ ਹੋਊਗੀ ਜੇ ਆਪਾਂ ਮਾਰਕੀਟ ਦੇ ਵਿੱਚ ਇੱਕ ਸਿਚੁਏਸ਼ਨ ਕ੍ਰੀਏਟ ਕਰ ਦਈਏ ਕਿ ਮਾਰਕੀਟ ਦੇ ਵਿੱਚ ਪੈਸੇ ਜ਼ਿਆਦਾ ਨਹੀਂ ਨੇ ਤਾਂ ਕੀ ਹੋਊਗਾ ਤਾਂ ਮਾਰਕੀਟ 'ਚ ਲੋਕਾਂ ਕੋਲ ਪੈਸੇ ਘੱਟ ਹੋਣਗੇ ਜੇ ਲੋਕਾਂ ਕੋਲ ਪੈਸੇ ਘੱਟ ਹੋਣੇ ਤਾਂ ਘੱਟ ਚੀਜ਼ਾਂ ਦੀ ਡਿਮਾਂਡ ਕਰਨਗੇ ਤੇ ਜੇ ਘੱਟ ਡਿਮਾਂਡ ਘੱਟ ਜੂਗੀ ਤਾਂ ਉਹਦੇ ਨਾਲ ਕੀ ਹੋਊਗਾ ਮਹਿੰਗਾਈ ਵੀ ਘੱਟ ਜੂਗੀ ਤਾਂ ਇੱਕ ਸਿਚੁਏਸ਼ਨ ਹੈ ਕਿ ਜਦੋਂ ਡਿਮਾਂਡ ਘਟਦੇ ਚੀਜ਼ਾਂ ਦੀ ਤਾਂ ਮਹਿੰਗਾਈ ਘਟ ਜਾਂਦੀ ਹੈ ਤੇ ਡਿਮਾਂਡ ਘਟਣ ਲਈ ਮਨੀ ਸਪਲਾਈ ਘਟਣੀ ਬਹੁਤ ਜ਼ਰੂਰੀ ਹੈ ਕਿ ਮਾਰਕੀਟ 'ਚ ਪੈਸੇ ਕਿੰਨੇ ਨੇ ਤਾ ਇਹਨਾਂ ਵਿੱਚੋਂ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਇੱਕ ਤਰੀਕਾ ਜਿਹੜੇ ਇਹ ਤਰੀਕੇ ਨੇ ਸਾਰੇ ਹੀ ਬੈਂਕ ਰੇਟ CRR SLR ਤੇ ਓਪਨ ਮਾਰਕੀਟ ਆਪਰੇਸ਼ਨਸ ਇਹ ਸਾਰੇ ਉਹ ਤਰੀਕੇ ਨੇ ਜਿਨ੍ਹਾਂ ਨਾਲ ਮਾਰਕੀਟ ਦੇ ਵਿੱਚ ਕ੍ਰੈਡਿਟ ਘਟਦਾ ਹੈ ਕ੍ਰੈਡਿਟ ਘਟਣ ਨਾਲ ਮਨੀ ਸਪਲਾਈ ਘਟਦੀ ਹੈ ਮਨੀ ਸਪਲਾਈ ਘਟਣ ਨਾਲ ਡਿਮਾਂਡ ਘਟ ਜਾਂਦੀ ਹੈ ਚੀਜ਼ਾਂ ਦੀ ਤੇ ਡਿਮਾਂਡ ਇੱਕ ਵਾਰ ਜਦੋਂ ਘਟ ਗਈ ਤਾਂ ਇਨਫਲੇਸ਼ਨ ਵੀ ਕੱਟ ਜਾਂਦੀ ਹੈ ਤਾਂ ਸਾਰੇ ਹੀ ਤਰੀਕੇ ਨੇ ਜਿਨ੍ਹਾਂ ਨਾਲ ਕ੍ਰੈਡਿਟ ਇਸ ਆਪੋਜ਼ਿਟ ਵੀ ਹੋ ਸਕਦਾ ਹੈ ਕ੍ਰੈਡਿਟ ਵਧਾਇਆ ਵੀ ਜਾ ਸਕਦਾ ਹੈ ਨਾ ਸਾਰੇ ਹੀ ਤਰੀਕਿਆਂ ਨਾਲ ਫਿਰ ਉਸ ਕੇ ਅੰਦਰ ਕੀ ਹੋਗਾ ਕ੍ਰੈਡਿਟ ਵਧ ਜਾਊਗਾ ਥੈਨ ਮਨੀ ਸਪਲਾਈ ਵਧ ਜਾਊਗੀ ਡਿਮਾਂਡ ਵਧ ਜਾਊਗੀ ਚੀਜ਼ਾਂ ਦੀ ਤੇ ਨਾਲ ਹੀ ਇਨਫਲੇਸ਼ਨ ਵਧ ਜਾਊਗੀ ਤੇ ਚਾਰੋਂ ਹੀ ਨੇ ਤਾਂ ਇਹਦਾ ਅਨਸਰ ਹੋਗਾ ਡੀ 올 ਆਫ दी वब ਅਪਾਈਕਰ ਬਰੀਫ ਚ ਡਿਸਕਸ ਕਰ ਲੈਣੇ ਆ ਇਹਨਾਂ ਮੈਥਡਸ ਨੂੰ ਹੁਣ ਇਹ ਆਰਬੀ ਕਰਦੀ ਹੈ ਇਹਨਾਂ ਮੈਥਡਸ ਨੂੰ ਕੰਟਰੋਲ ਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਆਰਬੀਸ ਕੁਆਲੀਟੇਟਿਵ ਐਂਡ ਕੁਆਂਟੀਟੇਟਿਵ ਇਨਸਟਰੂਮੈਂਟਸ ਆਫ ਕ੍ਰੈਡਿਟ ਕੰਟਰੋਲ ਤੇ ਦੋ ਤਰੀਕੇ ਹੁੰਦੇ ਨੇ ਵਨ ਇਸ ਕੁਆਂਟੀਟੇਟਿਵ ਅਦਰ ਇਸ ਕੁਆਲੀਟੇਟਿਵ ਜੇ ਕੁਆਂਟੀਟੇਟਿਵ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਬੈਂਕ ਰੇਟ ਪਾਲਿਸੀ ਜਿਹਦੇ ਵਿੱਚ ਜਿਹੜੀ ਆਰਬੀਆਈ ਹੈ ਉਹ ਬੈਂਕਾਂ ਨੂੰ ਇੱਕ ਪਾਰਟਿਕੂਲਰ ਰੇਟ ਤੇ ਲੋਨਸ ਦਿੰਦੀ ਹੈ ਹੁਣ ਜੇ ਬੈਂਕਾਂ ਨੂੰ ਲੋਨ ਸਸਤੇ ਰੇਟ ਤੇ ਮਿਲਣਗੇ ਤਾਂ ਅੱਗੇ ਉਹ ਲੋਕਾਂ ਨੂੰ ਵੀ ਸਸਤੇ ਰੇਟ ਤੇ ਦੇਣਗੇ ਤੇ ਲੋਕਾਂ ਨੂੰ ਸਸਤੇ ਰੇਟ ਤੇ ਲੋਨ ਮਿਲਦਾ ਹੋਗਾ ਲੋਕ ਲੋਨ ਜ਼ਿਆਦਾ ਲੈਣਗੇ ਤੇ ਮਾਰਕੀਟ ਦੇ ਵਿੱਚ ਮਨੀ ਸਪਲਾਈ ਵਧ ਜੂਗੀ ਤੇ ਮਨੀ ਸਪਲਾਈ ਵਧ ਗਈ ਤਾਂ ਇਨਫਲੇਸ਼ਨ ਨੂੰ ਵੀ ਫਰਕ ਪੂਗਾ ਇਨਫਲੇਸ਼ਨ ਵੀ ਬਾਜੂਗੀ ਤਾਂ ਇਸ ਤਰੀਕੇ ਨਾਲ ਇਹ ਬੈਂਕਰਟ ਪਾਲਿਸੀ ਨਾਲ ਇਨਫਲੇਸ਼ਨ ਤੇ ਫਰਕ ਪੈਂਦਾ ਹੈ ਮਨੀ ਸਪਲਾਈ ਤੇ ਫਰਕ ਪੈਂਦਾ ਸਿਮਿਲਰਲੀ ਬਾਕੀ ਇਹ ਤਿੰਨੋਂ ਵੀ ਤੁਸੀਂ ਪੜ੍ਹ ਸਕਦੇ ਹੋ ਓਪਨ ਮਾਰਕੀਟ ਆਪਰੇਸ਼ਨਸ ਓਪਨ ਮਾਰਕੀਟ ਆਪਰੇਸ਼ਨਸ ਦੇ ਵਿੱਚ ਕੀ ਹੁੰਦਾ ਹੈ ਕਿ ਆਰਬੀਏ ਸੇਲ ਐਂਡ ਪਰਚੇਸ ਆਫ ਸਿਕਿਉਰिटीज ਐਂਡ ਬਿਲਸ ਇਨ ਦੀ ਓਪਨ ਮਾਰਕੀਟ ਕਿ ਆਰਬੀਏ ਕੀ ਕਰਦੀ ਹੈ ਸੇਲ ਤੇ ਪਰਚੇਸ ਕਰਦੀ ਹੈ ਸਿਕਿਉਰिटीज ਤੇ ਬਿਲਸ ਦੀ ਇਨ ਦੀ ਓਪਨ ਮਾਰਕੀਟ ਜਿਹਦੇ ਨਾਲ ਕੀ ਹੁੰਦਾ ਉਹ ਮਾਰਕੀਟ ਦੇ ਵਿੱਚ ਮਨੀ ਸਪਲਾਈ ਨੂੰ ਪੈਸਿਆਂ ਦੀ ਗਿਣਤੀ ਨੂੰ ਕੰਟਰੋਲ ਕਰ ਲੈਂਦੀ ਹੈ ਥੈਨ ਕੈਸ਼ ਰਿਜ਼ਰਵ ਰੇਸ਼ੋ ਹੁਣ ਬੈਂਕਸ ਕੋਲ ਜਿੰਨਾ ਵੀ ਪੈਸਾ ਹੁੰਦਾ ਉਹਦਾ ਕੁਝ ਅਮਾਉਂਟ ਉਹਨਾਂ ਨੂੰ ਆਰਬੀਏ ਕੋਲ ਜਮ੍ਹਾਂ ਕਰਾਉਣਾ ਪੈਂਦਾ ਉਹਨੂੰ ਆਪਾਂ ਕਹਿੰਦੇ ਕੈਸ਼ ਰਿਜ਼ਰਵ ਰੇਸ਼ੋ ਜੇ ਆਰਬੀਏ ਜਿਆਦਾ ਪੈਸੇ ਜਮ੍ਹਾਂ ਕਰਾਉਣ ਨੂੰ ਕਹਵੇ ਕਮਰਸ਼ੀਅਲ ਬੈਂਕਸ ਨੂੰ ਤਾਂ ਕੀ ਹੋਊਗਾ ਤਾਂ ਬੈਂਕਸ ਕੋਲ ਬੈਂਕਸ ਦਾ ਪੈਸਾ ਜਿਆਦਾ ਜਮ੍ਹਾਂ ਹੋਣਾ ਸ਼ੁਰੂ ਹੋ ਜਾਊਗਾ ਆਰਬੀਏ ਦੇ ਵਿੱਚ ਤੇ ਦਾ ਮਤਲਬ ਬੈਂਕਸ ਕੋਲ ਘੱਟ ਪੈਸਾ ਬਚੂਗਾ ਲੋਕਾਂ ਨੂੰ ਲੋਨ ਦੇਣ ਲਈ ਜੇ ਲੋਕਾਂ ਨੂੰ ਲੋਨ ਦੇਣ ਲਈ ਪੈਸਾ ਘਟੇ ਤਾਂ ਮਨੀ ਸਪਲਾਈ ਘਟ ਜੂਗੀ ਤੇ ਇਨਫਲੇਸ਼ਨ ਘਟ ਜੂਗੀ ਤੇ ਇਸ ਤਰੀਕੇ ਨਾਲ ਕੈਸ਼ ਰਿਜ਼ਰਵ ਰੇਸ਼ੋ ਵੀ ਇੰਪੈਕਟ ਕਰਦੀ ਹੈ ਇਨਫਲੇਸ਼ਨ ਨੂੰ ਸਿਮਿਲਰਲੀ ਸਟੈਚੂਟਰੀ ਲਿਕਵਿਡਿਟੀ ਰੇਸ਼ੋ ਸਟੈਚੂਟਰੀ ਲਿਕਵਿਡਿਟੀ ਰੇਸ਼ੋ ਕੀ ਹੁੰਦੀ ਹੈ ਕਿ ਇੱਕ ਪਾਰਟਿਕੂਲਰ ਅਮਾਊਂਟ ਹੁੰਦੀ ਹੈ ਉਹ ਬੈਂਕ ਨੂੰ ਆਪਣੇ ਕੋਲ ਰੱਖਣੀ ਪੈਂਦੀ ਹੈ ਤੇ ਉਹ ਲੋਨ ਦੇ ਫਾਰਮ ਦੇ ਵਿੱਚ ਨਹੀਂ ਦੇ ਸਕਦੀ ਤੇ ਉਹ ਵੀ ਜੇ ਵੱਧ ਘੱਟ ਹੋਊਗੀ ਤਾਂ ਮਨੀ ਸਪਲਾਈ ਤੇ ਇੰਪੈਕਟ ਹੋਊਗਾ ਤੇ ਨਾਲ ਹੀ ਆਪਾਂ ਦੇਖਾਂਗੇ ਕਿ ਇਨਫਲੇਸ਼ਨ ਤੇ ਵੀ ਇੰਪੈਕਟ ਹੋਊਗਾ ਹੁਣ ਗੱਲ ਕਰਦੇ ਆ ਕੁਆਲੀਟੇਟਿਵ ਮੈਥਡ ਦੀ ਤੁਹਾਨੂੰ ਕਿ ਕੁਆਲੀਟੇਟਿਵ ਮੈਥਡ ਕੀ ਨੇ ਆਰਬੀਆਈ ਦੇ ਇਨ ਕ੍ਰੈਡਿਟ ਨੂੰ ਕੰਟਰੋਲ ਕਰਨ ਲਈ ਐਂਡ ਫਾਈਨਲੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਸਭ ਤੋਂ ਪਹਿਲਾ ਹੈਗਾ ਮਾਰਜਿਨ ਰਿਕੁਆਇਰਮੈਂਟਸ ਮਾਰਜਿਨ ਰਿਕੁਆਇਰਸ ਕੀ ਹੁੰਦਾ ਇਟ ਇਜ਼ ਅ ਡਿਫਰੈਂਸ ਬੀਟਵੀਨ ਦੀ ਸੈਕਿਉਰिटीज ਆਫਰਡ ਐਂਡ ਅਮਾਉਂਟ ਬੋਰੋਡ ਬਾਈ ਦੀ ਬੈਂਕਸ ਜਿੰਨੀ ਸਕਿਉਰਿਟੀ ਤੇ ਆਫਰ ਹੈ ਅਮਾਉਂਟ ਦੀ ਉਹਨੂੰ ਚੇਂਜ ਕਰਕੇ ਵੀ ਆਰਬੀ ਇਨ ਕ੍ਰੈਡਿਟ ਨੂੰ ਕੰਟਰੋਲ ਕਰ ਸਕਦੀ ਹੈ ਲੋਨਸ ਨੂੰ ਕੰਟਰੋਲ ਕਰ ਸਕਦੀ ਹੈ ਤੇ ਫਾਈਨਲੀ ਮਨੀ ਸਪਲਾਈ ਨੂੰ ਕੰਟਰੋਲ ਕਰ ਸਕਦੀ ਹੈ ਥੈਨ ਕੰਜ਼ਿਊਮਰ ਕ੍ਰੈਡਿਟ ਰੈਗੂਲੇਸ਼ਨ ਇਹਦੇ ਵਿੱਚ ਕੀ ਹੁੰਦਾ ਇਟ ਰੈਫਰਸ ਟੂ ਇਸ਼ੂਇੰਗ ਰੂਲਸ ਰਿਗਾਰਡਿੰਗ ਡਾਊਨ ਪੇਮੈਂਟਸ ਜੇ ਡਾਊਨ ਪੇਮੈਂਟਸ ਦੇ ਰੂਲਸ ਚੇਂਜ ਕਰ ਦੋਗੀ ਆਰਬੀ ਜਾਂ ਫਿਰ ਮੈਚਿਓਰਿਟੀ ਦੇ ਰੂਲਸ ਚੇਂਜ ਕਰ ਦੋਗੀ ਆਰਬੀ ਤਾਂ ਵੀ ਉਹਨਾਂ ਨੂੰ ਬੈਂਕਸ ਨੂੰ ਉਹਦੇ ਅਕੋਰਡਿੰਗ ਚੱਲਣਾ ਪਊਗਾ ਕਿਉਂਕਿ ਆਰਬੀਆਈ ਦੀ ਹਦਾਇਤਾਂ ਮੁਤਾਬਕ ਹੀ ਸਾਰੇ ਬੈਂਕਸ ਚੱਲਦੇ ਨੇ ਤਾਂ ਇਸ ਤਰੀਕੇ ਨਾਲ ਵੀ ਕ੍ਰੈਡਿਟ ਨੂੰ ਕੰਟਰੋਲ ਕਰਦੀ ਹੈ। ਦੈਨ ਗਾਈਡਲਾਈਨਸ ਕਿ ਇਸ ਸੈਕਟਰ ਨੂੰ ਇੰਨੇ ਪੈਸੇ ਲੋਨ ਦਿਓ ਜਾਂ ਇਸ ਸੈਕਟਰ ਨੂੰ ਘੱਟ ਇੰਟਰਸਟ ਰੇਟ ਤੇ ਲੋਨ ਦਿਓ ਤਾਂ ਉਸ ਤਰੀਕੇ ਨਾਲ ਵੀ ਆਰਬੀਆਈ ਕੰਮ ਕਰ ਕਰਦੀ ਹੈ ਕ੍ਰੈਡਿਟ ਨੂੰ ਕੰਟਰੋਲ ਕਰਨ ਲਈ। ਰੇਸ਼ਨਿੰਗ ਆਫ ਕ੍ਰੈਡਿਟ ਕ੍ਰੈਡਿਟ ਨੂੰ ਰੇਸ਼ਨਲਾਈਜ਼ ਕਰਨਾ। ਕੰਟਰੋਲਡ ਕ੍ਰੈਡਿਟ ਗਾਰੰਟੀਡ ਅਲੋਕੇਟਿਡ ਬਾਈ ਕਮਰਸ਼ੀਅਲ ਬੈਂਕਸ ਡਾਇਰੈਕਟਲੀ ਵੀ ਉਹ ਕਿਸੇ ਵੀ ਚੀਜ਼ ਲਈ RBI ਬੈਂਕਸ ਨੂੰ ਕਹਿ ਸਕਦੀ ਹੈ ਕਿ ਤੁਸੀਂ ਐਨੇ ਪਰਸੈਂਟ ਹੀ ਲੋਨ ਦੇਣਾ ਲੋਕਾਂ ਨੂੰ ਜਾਂ ਐਨੇ ਪਰਸੈਂਟ ਹੀ ਸੈਕਟਰ ਨੂੰ ਲੋਨ ਦੇਣਾ। ਦੈਨ ਮੋਰਲ ਸੂਰਜਨ ਮੋਰਲ ਸੂਰਜਨ ਦੈਟ ਸਾਈਕੋਲੋਜੀਕਲੀ ਮੀਨਸ ਐਂਡ ਇਨ ਫਾਰਮਲ ਮੀਨਸ ਆਫ ਸਿਲੈਕਟਿਵ ਕ੍ਰੈਡਿਟ ਕੰਟਰੋਲ। ਕਿ ਇੱਕ ਹਿਸਾਬ ਦਾ ਇਹਨੂੰ ਕਹਿ ਸਕਦੇ ਹੋ ਤੁਸੀਂ ਮੌਲਿਕ ਅ ਇਨ ਦੀ ਵੇ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਨੂੰ ਪਰਸੂ ਕਰਨਾ ਕਿ ਤੁਸੀਂ ਇਹ ਕੰਮ ਕਰਨਾ ਹੈ ਤਾਂ ਉਹ ਕੰਮ ਵੀ RBI ਕਰ ਸਕਦੀ ਹੈ। ਦੈਨ ਡਾਇਰੈਕਟ ਐਕਸ਼ਨ ਕਿ ਕਿਸੇ ਨੂੰ ਮਨਾ ਕਰ ਸਕਿਆ ਦੀਆ ਲੋਨਸ ਦੇਣ ਤਾਂ ਆਰਬੀ ਜੇ ਕਿਸੇ ਬੈਂਕ ਨੂੰ ਆਰਬੀ ਤੋਂ ਲੋਨਸ ਨਹੀਂ ਮਿਲਣਗੇ ਤਾਂ ਅੱਗੇ ਉਹਨੂੰ ਖੁਦ ਨੂੰ ਬੈਂਕ ਨੂੰ ਲੋਨਸ ਦੇਣ ਨੂੰ ਮੁਸ਼ਕਲ ਹੋਣਗੇ ਇਹ ਵੀ ਆਰਬੀ ਦੇ ਕੁਆਲਿਟੇਟਿਵ ਕੰਟਰੋਲ ਮੈਜਰਸ ਨੇ ਤਾਂ ਧੰਨਵਾਦ ਦੋਸਤੋ ਅਗਲੀ ਵੀਡੀਓ ਵਿੱਚ ਮਿਲਦੇ ਆਂ